ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸੰਗਤਾਂ ਨੂੰ ਇੱਕ ਖਾਸ ਅਪੀਲ ਕਰਨੀ ਹੈ। ਅੱਜ 23 ਅਪ੍ਰੈਲ ਜਿਹੜਾ 2023 ਹੈ, ਲਗਭਗ ਇੱਕ ਮਹੀਨਾ ਪਹਿਲਾਂ ਜਿਹੜਾ ਹਿੰਦੁਸਤਾਨ ਦੀ ਸੁਬਹ ਇੱਕ ਓਪਰੇਸ਼ਨ ਚਲਾ ਕੇ ਜਿਸਮੇ ਪੂਰੇ ਵਿਲੇਜ ਕੋ ਪ੍ਰੋਪਰ ਤਰੀਕੇ ਸੇ ਪੂਰੇ ਸੰਜਮ ਕੇ ਸਾਥ ਪੇਸ਼ੈਂਟਸ ਕੇ ਸਾਥ ਕੋਆਰਡਨ ਕਰਕੇ, ਔਰ ਉਸਕੇ ਬਾਅਦ ਕਿਉਂਕਿ ਸਪੈਸੀਫਿਕ ਇਨਫੋਰਮੇਸ਼ਨ ਥੀ ਕਿ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਾਹਿਬ ਕੇ ਅੰਦਰ ਹੈ, ਗੁਰਦੁਆਰਾ ਸਾਹਿਬ ਕੀ ਜੋ ਮਰਿਆਦਾ ਹੈ ਵੋ ਸਬਸੇ ਸੁਪਰੀਮ ਹੈ, ਤੋ ਉਸਕੋ ਮੇਨਟੇਨ ਕਰਤੇ ਹੋਏ ਇੱਕ ਮੈਸੇਜ ਉਸਕੇ ਪਾਸ ਚਲਾ ਗਿਆ, ਕਨਵੇ ਹੋ ਗਿਆ, ਉਸਕੋ ਪਤਾ ਚਲ ਗਿਆ ਕਿ ਅਬ ਵੋ ਸਾਰੀ ਤਰਫ ਸੇ ਗਿਰ ਚੁੱਕਾ ਹੈ ਔਰ ਉਸਕੇ ਪਾਸ ਐਸਕੇਪ ਕਰਨੇ ਕਾ ਕੋਈ ਰੂਟ ਨਹੀਂ ਹੈ। तो इसमें पंजाब पुलिस का जो अमृतसर रूरल पुलिस है और इंटेलिजेंस के जो हमारे ऑफिसर्स हैं उनके कोऑर्डिनेशन से सुबह उसको रोडे विलेज से गिरफ्तार किया गया है। गिरफ्तार करने के बाद एनएसए का, जैसे मैंने बताया, वारंट एग्जीक्यूट किया गया है, उसमें गिरफ्तार करके उसको डिब्रूगढ़ असम के लिए एज पर प्रोसीजर एज पर लॉ जो है रवाना कर दिया गया है। इस वाहेगुरु जी का खालसा, वाहेगुरु जी की फतेह। ਅੱਜ ਸਮੂਹ ਸੰਗਤਾਂ ਨੂੰ ਇੱਕ ਖਾਸ ਅਪੀਲ ਕਰਨੀ ਹੈ। ਅੱਜ 23 ਅਪ੍ਰੈਲ ਜਿਹੜਾ 2023 ਹੈ, ਲਗਭਗ ਇੱਕ ਮਹੀਨਾ ਪਹਿਲਾਂ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ 'ਤੇ ਹਮਲਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ, ਉਸ ਮੌਕੇ ਸਾਨੂੰ ਇਹ ਲੱਗਦਾ ਨਹੀਂ ਸੀ ਕਿ ਗ੍ਰਿਫਤਾਰੀ ਹੈ, ਜਿਹੜੇ ਤਰੀਕੇ ਦੀ ਰਵੱਈਆ ਉਹਨਾਂ ਨੇ ਅਪਣਾਇਆ ਸੀ। ਕਿਉਂਕਿ ਜੇ ਮੈਂ ਗ੍ਰਿਫਤਾਰੀ ਕਰਨੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਾਡੇ ਘਰ ਤੋਂ ਸਾਨੂੰ ਆਣ ਕੇ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਗ੍ਰਿਫਤਾਰੀ ਕਰਨੀ ਚਾਹੁੰਦੇ ਹਾਂ ਅਤੇ ਅਸੀਂ ਖੁਸ਼ੀ ਖੁਸ਼ੀ ਜਿਹੜੀ ਆਪਣੀ ਗ੍ਰਿਫਤਾਰੀ ਦੇ ਦਿੰਦੇ। ਪਰ ਜਿਹੜਾ ਤਰੀਕਾ ਉਹਨੇ ਅਪਣਾਇਆ ਉਸ ਤੋਂ ਬਾਅਦ 'ਚ ਇੱਕ ਮਹੀਨਾ ਲੱਗਾ ਅਤੇ ਸਟੇਟ ਦਾ ਪੂਰਾ ਚਿਹਰਾ ਜਿਹੜਾ ਦੁਨੀਆ ਸਾਹਮਣੇ ਨੰਗਾ ਹੋ ਗਿਆ। ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਦੀ ਜਿਹੜੇ ਦਿਲ ਨੇ ਉਹ ਪਸੀਜੇ ਗਏ ਅਤੇ ਉਹਨਾਂ ਨੇ ਜਿਹੜੀ ਸਿੱਖ ਕੌਮ 'ਤੇ ਹਮਲੇ ਦੀ ਇਹ ਪੀੜ ਨੂੰ ਮਹਿਸੂਸ ਕੀਤਾ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਰੋਸ ਮੁਜ਼ਾਹਰੇ ਕੀਤੇ ਔਰ ਉਹਨਾਂ ਰੋਸ ਮੁਜ਼ਾਹਰਿਆਂ 'ਚ ਸਿੱਖਾਂ ਨੇ ਜਿਹੜੀ ਦਿਲ ਦੀ ਭਾਵਨਾ ਪ੍ਰਗਟ ਕੀਤੀ। ਸੋ ਇੱਕ ਮਹੀਨੇ ਦੇ ਵਿੱਚ ਅਨੇਕਾਂ ਹੀ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ, ਅੰਨੇਵਾਹ ਫੜੋਫੜੀ ਕੀਤੀ ਗਈ ਹੈ। ਜਿਹੜੇ ਸਿੱਖ ਨੌਜਵਾਨ ਜਿਹੜੇ ਸੀ, ਜਿਹੜੇ ਸਿੱਖੀ ਦਾ ਦਰਦ ਰੱਖਦੇ ਆ, ਜਿਹੜੇ ਸੋਸ਼ਲ ਮੀਡੀਆ 'ਤੇ ਕੁਝ ਲਿਖਦੇ ਬੋਲਦੇ ਸੀ, ਉਹਨਾਂ ਨੂੰ ਵੀ ਹਕੂਮਤ ਨੇ ਇਸ ਤਰੀਕੇ ਨਾਲ ਜਿਹੜਾ ਉਹਨਾਂ ਦਾ ਵਤੀਰਾ ਕੀਤਾ ਵੀ ਚੁੱਕ ਚੁੱਕ ਕੇ ਜੇਲ੍ਹਾਂ 'ਚ ਸੁੱਟਿਆ ਗਿਆ। ਸੋ ਇਹ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਭੁਲੇਖਾ ਜਿਹੜਾ ਕੌਮ ਦਾ ਦੂਰ ਹੋ ਜਾਂਦਾ। ਉਹ ਭੁਲੇਖਾ ਇਹ ਆ ਵੀ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਅਸੀਂ ਸੰਪੂਰਨ ਆਜ਼ਾਦ ਹਾਂ। ਕਈਆਂ ਦੇ ਮਨ 'ਚ ਭੁਲੇਖਾ ਸੀ ਜਿਹੜਾ ਇਸ ਵਰਤਾਰੇ ਤੋਂ ਬਾਅਦ ਦੂਰ ਹੋਇਆ। ਸੋ ਗ੍ਰਿਫਤਾਰੀ ਦਾ ਮੈਂ ਪਹਿਲਾਂ ਵੀ ਵਚਨ ਕੀਤੇ ਸੀ ਕਿ ਨਾਲ ਗ੍ਰਿਫਤਾਰੀ ਦਾ ਪਹਿਲਾਂ ਡਰ ਸੀ, ਨਾ ਅੱਜ ਗ੍ਰਿਫਤਾਰੀ ਦਾ ਡਰ ਹੈ। ਪਰ ਜਦੋਂ ਕਿਸੇ ਸਟੇਟ ਦਾ ਚਿਹਰਾ ਨੰਗਾ ਹੋਣਾ ਤਾਂ ਮਹਾਰਾਜ ਕੋਈ ਬਿੱਦ ਬਣਾਉਂਦੇ ਆ। ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਵੀ ਜਿੱਥੇ ਅਨੇਕਾਂ ਨੌਜਵਾਨ ਜੇਲ੍ਹਾਂ 'ਚ ਸੁੱਟੇ ਗਏ ਨੇ, ਬੇਸ਼ੱਕ ਸਾਡੇ ਕੋਲ ਸਾਰੇ ਰਾਹ ਆ ਵੀ ਅਸੀਂ ਇੱਥੋਂ ਨਿਕਲ ਕੇ ਹੋਰਨਾਂ ਮੁਲਕਾਂ 'ਚ ਵੀ ਜਾ ਸਕੀਏ, ਪਰ ਮੈਂ ਇਸ ਤਰ੍ਹਾਂ ਦਾ ਮਨੁੱਖ ਨਹੀਂ ਵੀ ਜਦੋਂ ਭੀੜ ਪਵੇ ਅਤੇ ਉਦੋਂ ਆਪਣੇ ਸਾਥੀਆਂ ਨੂੰ ਛੱਡ ਕੇ ਅਤੇ ਕਿਸੇ ਹੋਰ ਮਨੁੱਖ ਤੁਰਿਆ ਫਿਰਾਂ। ਸੋ ਇਸ ਕਰਕੇ ਮੈਂ ਫੈਸਲਾ ਕੀਤਾ ਵੀ ਅੱਜ ਅਸੀਂ ਗ੍ਰਿਫਤਾਰੀ ਦੇਣੀ ਹੈ 23 ਅਪ੍ਰੈਲ 2023 ਨੂੰ। ਉਸ ਜਗ੍ਹਾ 'ਤੇ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਜਿਸ ਜਗ੍ਹਾ 'ਤੇ ਸਾਰਾ ਕੁਝ ਸ਼ੁਰੂ ਹੋਇਆ, ਜਿਸ ਜਗ੍ਹਾ ਤੋਂ ਮੇਰੀ ਦਸਤਾਰਬੰਦੀ ਹੋਈ ਹੈ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਣਿਆਂ ਦੇ ਜਨਮ ਸਥਾਨ 'ਤੇ ਜਿਹੜਾ ਗੁਰੂ ਘਰ ਬਣਿਆ, ਉਸ ਗੁਰੂ ਘਰ ਦੇ ਉੱਤੋਂ ਜਿੱਥੋਂ ਦਸਤਾਰਬੰਦੀ ਹੋਈ ਸੀ, ਜਿੱਥੋਂ ਕੌਮ ਨੇ ਇੰਨਾ ਮਾਣ ਬਖਸ਼ਿਆ, ਉਸੇ ਗੁਰੂ ਘਰ ਦੇ ਵਿੱਚ ਅੱਜ ਜਾ ਕੇ ਮੱਥਾ ਟੇਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਜਿਹੜੀ ਗ੍ਰਿਫਤਾਰੀ ਦੇਣੀ ਹੈ। ਉਸ ਤੋਂ ਬਾਅਦ 'ਚ ਮੇਰੀ ਕੌਮ ਨੂੰ ਅਪੀਲ ਹੈ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ, ਸੰਘਰਸ਼ ਨੂੰ ਜਾਰੀ ਰੱਖਣਾ ਹੈ ਅਤੇ ਜਿਹੜੀ ਖੰਡੇ ਬਾਟੀ ਦੀ ਪਹੁਲ ਤੋਂ ਜਿਹੜਾ ਸਾਨੂੰ ਇਹ ਰੋਕਿਆ ਗਿਆ ਹੈ, ਜਿਹਦੇ ਪ੍ਰਚਾਰ ਤੋਂ ਜੇ ਇਸ ਖੰਡੇ ਬਾਟੀ ਦੀ ਪੌੜ ਛੱਕ ਕੇ ਹੀ ਸਹੀ ਆਜ਼ਾਦ ਹੋ ਸਕਦੇ ਹਾਂ, ਜੇ ਇਸ ਖੰਡੇ ਬਾਟੀ ਦੀ ਪੌੜ ਛੱਡਣ ਤੋਂ ਬਾਅਦ ਹੀ ਸਾਡੇ ਤੋਂ ਮੌਤ ਦਾ ਭੈ ਮੁਕਤ ਹੋ ਸਕਦਾ ਹੈ, ਜਿਸ ਤੋਂ ਬਾਅਦ 'ਚ ਹੀ ਅਸੀਂ ਨਸ਼ਿਆਂ ਤੋਂ ਜਿਹੜਾ ਛੁਟਕਾਰਾ ਪਾ ਸਕਦੇ ਹਾਂ, ਉਸ ਖੰਡੇ ਬਾਟੀ ਦੀ ਪੌੜ ਜਿਹੜੀ ਆ ਉਹ ਅਸੀਂ ਨਾ ਛੱਕ ਸਕੀਏ। ਐਸੇ ਮਾਹੌਲ ਪੈਦਾ ਕੀਤੇ ਗਏ, ਖਾਲਸਾ ਵਹੀਰ ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਨਸ਼ਾ ਛੁਡਾਇਆ, ਹਜ਼ਾਰਾਂ ਘਰ ਬਚਾਏ, ਉਸ ਨੂੰ ਰੋਕਣ ਦਾ ਇਹੋ ਜਿਹਾ ਯਤਨ ਸੀ ਹਕੂਮਤ ਵੱਲੋਂ। ਸੋ ਹਕੂਮਤ ਨੇ ਜੋ ਕੁਛ ਕਰਨਾ ਸੀ ਉਹਨਾਂ ਕਰ ਲਿਆ। ਹੁਣ ਮੇਰੀ ਸੰਗਤਾਂ ਨੂੰ ਅਪੀਲ ਹੈ ਵੀ ਆਪਾਂ ਇਹ ਸੰਘਰਸ਼ ਨੂੰ ਜਾਰੀ ਰੱਖਣਾ ਹੈ, ਅਸੀਂ ਖੰਡੇ ਬਾਟੀ ਦੀ ਜਿਹੜੀ ਪੌਲ ਹੈ, ਜਿਹੜੀ ਲਹਿਰ ਚਲਾਈ ਹੈ, ਉਸ ਨੂੰ ਜਾਰੀ ਰੱਖਦੇ ਹਾਂ। ਨੌਜਵਾਨਾਂ ਨੂੰ ਮੇਰੀ ਖਾਸ ਅਪੀਲ ਹੈ ਵੀ ਤੁਸੀਂ ਖੰਡੇ ਬਾਟੀ ਦੀ ਪੌਲ ਛੱਕਣੀ ਹੈ। ਅੱਜ ਜਿਹੜੀ ਗ੍ਰਿਫਤਾਰੀ ਦੀ ਖਬਰ ਹੈ ਉਹ ਦੁਨੀਆ ਭਰ ਵਿੱਚ ਪਹੁੰਚ ਜੂਗੀ। ਸੰਗਤਾਂ ਨੂੰ ਇੱਕ ਬੇਨਤੀ ਹੈ ਵੀ ਚੜ੍ਹਦੀ ਕਲਾ ਦੀ ਅਰਦਾਸਾਂ ਕਰਨੀਆਂ, ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਹੋ ਕਰਨੀ ਹੈ ਵੀ ਜਿਹੜੇ ਬਚਨ ਸਾਡੇ ਕੌਮ ਨਾਲ ਹੋਏ ਨੇ ਅਸੀਂ ਉਹਨਾਂ ਬਚਨਾਂ 'ਤੇ ਪੂਰੇ ਰਹੀਏ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅਤੇ ਸੰਗਤ ਦੀਆਂ ਅਰਦਾਸਾਂ ਸਦਕਾ ਅਜੇ ਤੱਕ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਕੋ ਭੈ ਅਜੇ ਤੱਕ ਨਹੀਂ ਸਤਿਗੁਰ ਨੇ ਲਿਆਉਂਦਾ। ਸੋ ਅੱਗੇ ਵੀ ਇੱਦਾਂ ਚੱਲਦਾ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸ ਹੈ।
पूरी कौम में अपील है कि इकट्ठे होकर रहना, आपसे इतफाक एकता जी कायम रखनी है, क्योंकि इस मौके पर जितों साढ़े दुश्मन ने साढ़े से एडा वा हल्ला किया हो, आपस के खानदानी शुरू करनी चंगी गल नहीं। जिहड़ियां जथेबंदियां ने मेरा सहयोग किया, जिहड़ी जथेबंदियां ने नौजवानों के नाल खड़न का तहिया किया, उन्होंने जथेबंदियों का तहे दिलों धन्यवाद है जिन्होंने इस मौके पर विरोध किया। सतगुरु सच्चे पातशाह उन्होंने समत बख्शन। मेरी नौजवानों को अपील है कि आपस उलझन नालों जे असी कौम के इदा काम करिए तो वो साढ़े वास्ते जरूरी है। नशियों तो दूर रह के खंडे बाटे की पौल छक के जे सतगुरु सच्चे पातशाह लड़ लगेंगे तो ही सिखी कमाई जा सकती है। सो मेरी नौजवानों को यह अपील है कि जे तुम मैं प्रेम करते रहो तो जे तुम चाहते जो कि असं दोबारा संगतान विचरीए सतगुरु सच्चे पातशाह के असी पिंड बनावा, क्योंकि जेडे केस हुकूमत ने पाए ने इन्हों के है कुछ नहीं, है झूठे केस ने, इन्हों के पिछे कोई सबूत नहीं, कोई दलील नहीं, कोई अपील नहीं, यह सिर्फ साड़ी बहीर को रोकने लिए सारा कुछ जतन किया गया। तो सतगुरु सच्चे पातशाह इन्होंने मुश्किलों से कढ़ के एक दिन ऐसा लियाँगे जो संगतान विचरेंगे। सो गुरु साहब कृपा कर, मेरी इन बेनती आपसी इतफाक बना के रखना, कौम ने मेरी बेनती है कि चढ़ती कला च रहना, चढ़ती कला च रही अगले कार्ज करने हैं। सो इन बेनती क्षमा का जाचक है जी। वाहेगुरु जी का खालसा, वाहेगुरु जी।